ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼ ਸਟੱਡੀ ਬਟ ਇਮੀਗ੍ਰੇਸ਼ਨ ਤੋਂ। ਅੱਜ ਦਾ ਆਪਣਾ ਪੁਆਇੰਟ ਜਿਹੜਾ ਹੈਗਾ ਗੱਲ ਕਰਨ ਦਾ ਜਾਂ ਡਿਸਕਸ ਕਰਨ ਦਾ, ਉਹ ਇਹ ਹੈਗਾ ਵੀ ਜਿਹੜੇ ਬੱਚੇ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ ਵੀਜ਼ਾ, ਬਟ ਟਰੈਵਲ ਯਾਨੀ ਕਿ ਹਜੇ ਸ਼ੁਰੂ ਨਹੀਂ ਹੋਇਆ ਅਤੇ ਹਜੇ ਦਿਖ ਵੀ ਨਹੀਂ ਰਿਹਾ ਹੈਗਾ ਵੀ ਕਦ ਤੱਕ ਟਰੈਵਲ ਓਪਨ ਹੋਏਗਾ। ਇਸ ਕਰਕੇ ਕਾਫੀ ਬੱਚਿਆਂ ਨੇ ਆਪਣੀ ਫਾਈਲ ਹੋਲਡ ਕਰ ਲਈ ਹੈ। ਜਿਹੜੇ ਬੱਚਿਆਂ ਨੇ ਪਲੱਸ ਟੂ ਕੀਤੀ ਸੀਗੀ, ਜਿਹੜੇ 2019 ਪਾਸ ਆਊਟ ਹੈ ਜਾਂ 20 ਪਾਸ ਆਊਟ ਹੈ ਜਾਂ ਉਸ ਤੋਂ ਪੁਰਾਣੇ ਵੀ ਹੈਗੇ ਬੱਚੇ, ਉਹਨਾਂ ਨੇ ਵੀ ਰੋਕ ਲਿਆ ਵੀ ਚਲੋ ਜੀ ਹਜੇ ਟਰੈਵਲ ਖੁੱਲ੍ਹ ਜੇ ਫਿਰ ਫਾਈਲ ਆਪਾਂ ਜਾਵਾਂਗੇ। ਅਤੇ ਜਾਂ ਫਿਰ ਉਹ ਬੱਚੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਸੀ ਅਤੇ ਜਾਂ ਸਿੰਗਲ ਸੀ, ਸਪਾਊਸ ਕੇ ਸੀਗੇ, ਬੇਸ਼ਕ ਆਈਲਟਸ ਕੀਤੀ ਵੀ ਸੀਗੀ, ਅਤੇ ਉਹਨਾਂ ਨੇ ਵੀ ਆਪਣੀ ਫਾਈਲ ਜਿਹੜੀ ਹੈਗੀ ਹੈ ਕਾਫੀ ਬੱਚਿਆਂ ਨੇ ਹੋਲਡ ਕੀਤੀ ਹੈ ਵੀ ਪਹਿਲਾਂ ਸਾਨੂੰ ਟਰੈਵਲ ਖੁੱਲ੍ਹਣ ਦੀ ਪਤਾ ਲੱਗ ਜਾਵੇ ਵੀ ਕਦ ਤੱਕ ਖੁੱਲ੍ਹੇਗਾ ਜਾਂ ਕੋਈ ਅਨਾਊਂਸਮੈਂਟ ਹੋ ਜਾਵੇ ਅੰਬੈਸੀ ਦੀ ਤਰਫੋਂ, ਅਤੇ ਉਸ ਤੋਂ ਬਾਅਦ ਹੀ ਵੀ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਵੀਜ਼ਾ ਅੰਬੈਸੀ ਦੇ ਵਿੱਚ ਵੀ ਉਸ ਤੋਂ ਬਾਅਦ ਹੀ ਫੀਸ ਭਰਨਾ ਚਾਹੁੰਦੇ ਨੇ। ਹੁਣ ਇਹ ਸਾਰਾ ਚੀਜ਼ਾਂ ਨੂੰ ਦੇਖਦੇ ਹੋਏ ਵੀ ਇੱਕ ਇੰਪੋਰਟੈਂਟ ਫੈਕਟਰ ਇਹ ਬਣਦਾ ਹੈ ਵੀ ਅੱਜ ਤਾਂ ਚਲੋ ਠੀਕ ਹੈ ਆਪਾਂ ਵੇਟ ਕਰ ਰਹੇ ਹਾਂ, ਹੁਣ ਫਲਾਈਟ ਖੁੱਲ੍ਹਣ ਨੂੰ 6 ਮਹੀਨੇ ਲੱਗ ਜਾਣ, 8 ਮਹੀਨੇ ਲੱਗ ਜਾਣ, ਸਾਲ ਲੱਗ ਜਾਵੇ, ਆਪਾਂ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਵੀ ਕਦੋਂ ਅਨਾਊਂਸਮੈਂਟ ਹੁੰਦੀ ਹੈ ਇਸ ਚੀਜ਼ ਦੀ। ਬਟ ਉਹ ਬੱਚੇ ਫਿਰ ਕਰਨਗੇ ਵੀ ਜਿਹੜੇ 2019 ਜਾਂ 20 ਪਾਸ ਆਊਟ ਨੇ, ਪਲੱਸ ਟੂ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਵੀ ਬੱਚੇ ਅਪਲਾਈ ਤਾਂ ਕਰਨਾ ਚਾਹੁੰਦੇ ਨੇ ਆਸਟ੍ਰੇਲੀਆ, ਬਟ ਇਸ ਵਕਤ ਹੋਲਡ ਕਰਨਾ ਚਾਹੁੰਦੇ ਨੇ। ਹੁਣ ਉਹਨਾਂ ਵਾਸਤੇ ਮੇਰੀ ਆਪਸ਼ਨ ਜਿਹੜੀ ਮੇਰੀ ਜਿਹੜਾ ਤੁਹਾਨੂੰ ਆਪਸ਼ਨ ਲਗਾ ਦਿਉ ਜਾਂ ਫਿਰ ਸੁਝਾਅ ਲਗਾ ਦਿਉ, ਇਹ ਰਹੇਗਾ ਵੀ ਤੁਸੀਂ ਅਗਰ ਪਲੱਸ ਟੂ 2019 'ਚ ਕੀਤੀ ਹੈ, 20 'ਚ ਕੀਤੀ ਹੈ, ਵੀ ਤੁਹਾਨੂੰ ਇਹ ਸਹੀ ਰਹੇਗਾ ਵੀ ਤੁਸੀਂ ਇੱਕ ਗ੍ਰੈਜੂਏਸ਼ਨ 'ਚ ਐਡਮਿਸ਼ਨ ਲੈ ਦਿਉ ਜਾਂ ਕੋਈ ਡਿਪਲੋਮਾ ਕੋਰਸ 'ਚ ਐਡਮਿਸ਼ਨ ਲੈ ਦਿਉ। ਡਿਪਲੋਮਾ ਉਹ ਲਈਓ ਜਿਹੜਾ ਗਵਰਨਮੈਂਟ ਯੂਨੀਵਰਸਿਟੀ 'ਚ ਹੋਏ ਜਾਂ ਕੋਈ ਪ੍ਰਾਈਵੇਟ ਯੂਨੀਵਰਸਿਟੀ 'ਚ ਹੋਏ ਜਾਂ ਕੋਈ ਗੌਰਮੈਂਟ ਕਾਲਜ 'ਚ ਹੋਏ, ਕੋਈ ਤੁਸੀਂ ਜਿਹੜਾ ਡਿਪਲੋਮਾ ਕੋਈ ਪ੍ਰਾਈਵੇਟ ਡਿਪਲੋਮੇ ਜਿਹੜੇ ਕੰਪਿਊਟਰ ਦੇ ਬਣਦੇ ਨੇ ਜਾਂ ਇੱਧਰ ਉੱਧਰ ਬਣ ਜਾਂਦੇ ਨੇ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਉਹਦਾ ਕੋਈ ਲਾਈਕ ਬੈਨੀਫਿਟ ਨਹੀਂ ਮਿਲੇਗਾ ਤੁਹਾਨੂੰ। ਕਰਨਾ ਹੀ ਹੈ ਡਿਪਲੋਮਾ 1 ਸਾਲ ਦਾ ਜਾਂ 2 ਸਾਲ ਦਾ, ਕੋਈ ਵਧੀਆ ਜਗ੍ਹਾ ਤੋਂ ਕਰੋ, ਕਿਉਂਕਿ ਅੱਜ ਕੱਲ੍ਹ ਯੂਨੀਵਰਸਿਟੀਜ਼ ਵੀ ਕਰਵਾ ਰਹੀਆਂ ਡਿਪਲੋਮਾ ਕੋਰਸਿਸ ਕਰਵਾਉਂਦੀਆਂ, ਇਸ ਕਰਕੇ ਉਹ ਠੀਕ ਰਹੇਗਾ। ਜਾਂ ਤੁਸੀਂ ਬੈਚਲਰ ਡਿਗਰੀ ਜਿਵੇਂ ਹੁੰਦੀ ਹੈ, ਬੈਚਲਰ ਜਿਹਦੇ ਵਿੱਚ ਵੀ ਤੁਸੀਂ ਕਰਨ ਦਾ ਮੂਡ ਸੀਗਾ ਜਾਂ ਜੋ ਵੀ ਤੁਹਾਨੂੰ ਰੈਲੀਵੈਂਟ ਬਣਦੀ ਹੈ, ਉਹਦੇ 'ਚ ਐਡਮਿਸ਼ਨ ਲੈ ਕੇ ਆਪਦੀ ਪੜ੍ਹਾਈ ਸ਼ੁਰੂ ਕਰ ਦਿਉ। ਬੇਸ਼ੱਕ ਤੁਸੀਂ ਕੋਰਸਪੋਂਡੈਂਸ ਕਰਦੇ ਹੋ ਪੜ੍ਹਾਈ ਜਾਂ ਤੁਸੀਂ ਯੂਨੀਵਰਸਿਟੀ ਜਾ ਕੇ ਕਰਦੇ ਹੋ ਜਾਂ ਕਾਲਜ 'ਚ ਕਰਦੇ ਹੋ, ਉਹਦਾ ਨਾ ਕੋਈ ਫਰਕ ਨਹੀਂ ਪੈਂਦਾ। ਬਟ ਤੁਸੀਂ ਇਹ ਕਹਿ ਸਕਦੇ ਹੋ ਕੱਲ੍ਹ ਨੂੰ ਵੀ ਮੈਂ 19 'ਚ ਪਾਸ ਕੀਤੀ ਸੀ ਪਲੱਸ ਟੂ ਜਾਂ 20 'ਚ ਕੀਤੀ ਸੀ, ਉਸ ਤੋਂ ਬਾਅਦ ਜੀ ਮੈਨੂੰ ਐਡਮਿਸ਼ਨ ਲੈ ਦੀ ਅਤੇ ਮੈਂ ਪਹਿਲਾਂ ਤਾਂ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦਾ ਸੀ ਬਟ ਟਰੈਵਲ ਨਾ ਖੁੱਲ੍ਹਣ ਦੇ ਕਾਰਨ ਮੈਨੇ ਵੇਟ ਕੀਤੀ, ਉਸ ਤੋਂ ਬਾਅਦ ਜੀ ਮੈਨੇ ਬੈਚਲਰ 'ਚ ਐਡਮਿਸ਼ਨ ਲੈ ਦੀ ਅਤੇ ਮੈਨੇ 1 ਸਮੈਸਟਰ ਜਾਂ 1 ਸਾਲ ਕੰਪਲੀਟ ਕਰ ਲਿਆ, ਲੇਕਿਨ ਫਿਰ ਵੀ ਮੈਂ ਆਸਟ੍ਰੇਲੀਆ ਪੜ੍ਹਨਾ ਚਾਹੁੰਦਾ ਸੀਗਾ ਅਤੇ ਵੀ ਮੇਰਾ ਜਿਹੜਾ ਗੈਪ ਹੈਗਾ ਅਤੇ ਵੀ ਹੁਣ ਇਸ ਤਰੀਕੇ ਨਾਲ ਜਸਟੀਫਾਈ ਹੋ ਜਾਂਦਾ ਅਤੇ ਮੈਂ ਜਿਹੜਾ ਇਹ ਪੜ੍ਹਾਈ ਜਿਹੜੀ ਛੱਡ ਕੇ ਵੀ ਆਪਦਾ ਆਸਟ੍ਰੇਲੀਆ ਦੇ ਵਿੱਚ ਕੰਟੀਨਿਊ ਕਰਨਾ ਚਾਹੁੰਦਾ, ਕਿਉਂਕਿ ਟਰੈਵਲ ਖੁੱਲ੍ਹ ਚੁੱਕਿਆ ਅਤੇ ਬਾਕੀ ਇੰਡੀਆ ਦੀ ਐਜੂਕੇਸ਼ਨ ਵੀ ਮੈਨੂੰ ਜ਼ਿਆਦਾ ਅੱਛੀ ਨਹੀਂ ਲੱਗੀ, ਮੈਂ 1 ਸਾਲ ਪੜ੍ਹਿਆ ਤਾਂ ਮੈਨੂੰ ਜ਼ਿਆਦਾ ਠੀਕ ਨਹੀਂ ਲੱਗਿਆ ਹੈਗਾ। ਅਤੇ ਇਹ 'ਚ ਸਾਰੀਆਂ ਚੀਜ਼ਾਂ ਤੁਹਾਨੂੰ ਬੈਨੀਫਿਟ ਦੇਣਗੀਆਂ ਜਦੋਂ ਤੁਸੀਂ ਹੁਣ ਨਹੀਂ ਤਾਂ 1 ਸਾਲ ਬਾਅਦ ਜਾਂ 6 ਮਹੀਨੇ ਬਾਅਦ ਜਾਂ 8 ਮਹੀਨੇ ਬਾਅਦ ਤੁਸੀਂ ਫਾਈਲ ਲਗਾਉਣ ਦੀ ਕੋਸ਼ਿਸ਼ ਕਰੋਗੇ, ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਹੈਲਪ ਕਰਨਗੀਆਂ ਵੀ ਤੁਹਾਨੂੰ ਜਦੋਂ ਵੀ ਤੁਸੀਂ ਫਾਈਲ ਕਾਲਜ ਜਾਂ ਯੂਨੀਵਰਸਿਟੀ 'ਚ ਭੇਜੋਗੇ, ਡਾਕੂਮੈਂਟ ਭੇਜੋਗੇ, ਅਤੇ ਉਹਨਾਂ ਨੇ ਪੁੱਛਣਾ ਵੀ ਗੈਪ 'ਚ ਕੀ ਕੀਤਾ, ਅਤੇ ਤੁਸੀਂ 1 ਅੱਧਾ ਸਾਲ ਤਾਂ ਤੁਸੀਂ ਚਲੋ ਕੱਢ ਸਕਦੇ ਹੋ ਵੀ ਠੀਕ ਹੈ ਜੀ ਮੈਂ ਕੁਛ ਨਹੀਂ ਕੀਤਾ, ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਜੀ ਲਓ ਜੀ ਮੈਨੇ ਐਡਮਿਸ਼ਨ ਦਿੱਤੀ ਅਤੇ ਆਹ ਮੇਰੇ ਕੋਲ ਡਾਕੂਮੈਂਟੇਸ਼ਨ ਹੈਗੀ ਹੈ, ਅਤੇ ਇਹ ਜਿਹੜੀ ਡਾਕੂਮੈਂਟੇਸ਼ਨ ਹੈ ਤੁਹਾਨੂੰ ਹੈਲਪ ਕਰਨ 'ਚ ਵੀਜ਼ਾ ਲੈਣ 'ਚ ਵੀ ਅਤੇ ਐਡਮਿਸ਼ਨ ਲੈਣ 'ਚ ਹਰ ਚੀਜ਼ 'ਚ ਤੁਹਾਨੂੰ ਹੈਲਪ ਕਰੇਗੀ। ਅਤੇ ਜਿਹੜੇ ਬੱਚੇ ਪਲੱਸ ਟੂ ਤੋਂ ਬਾਅਦ ਉਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ ਜਾਂ ਬੈਚਲਰ ਡਿਗਰੀ ਕੀਤੀ ਹੈ ਜਾਂ ਮਾਸਟਰ ਡਿਗਰੀ ਕੀਤੀ ਹੈ, ਅਤੇ ਹੁਣ ਉਹਨਾਂ ਵਾਸਤੇ ਕੀ ਹੈ ਵੀ ਪੜ੍ਹਾਈ ਤਾਂ ਆਲਰੇਡੀ ਉਹਨਾਂ ਦੀ ਕਰ ਚੁੱਕੇ ਨੇ, ਜਿਵੇਂ ਡਿਪਲੋਮਾ ਵਾਲਾ ਬੱਚਾ ਹੈਗਾ ਵੀ ਐਸੇ ਬੱਚੇ ਨੂੰ ਕੋਈ ਲੋੜ ਨਹੀਂ ਹੈਗੀ ਵੀ ਅੱਗੇ ਪੜ੍ਹਾਈ ਸ਼ੁਰੂ ਕਰਨ ਦੀ, ਜਾਂ ਬੈਚਲਰ ਵਾਲੇ ਬੱਚੇ ਨੂੰ ਜਾਂ ਮਾਸਟਰ ਵਾਲੇ ਬੱਚੇ ਨੂੰ ਲੋੜ ਨਹੀਂ ਹੈਗੀ ਪੜ੍ਹਾਈ ਸ਼ੁਰੂ ਕਰਨ ਦੀ। ਐਸੇ ਬੱਚੇ ਅਪਲਾਈ ਕਰਨ, ਆਪਣਾ ਇਹ ਦਿਖਾਉਣ ਵੀ ਮੈਂ ਜੋਬ ਸ਼ੁਰੂ ਕਰਤੀ, ਹੁਣ ਤੁਸੀਂ ਜੋਬ ਕਿਤੇ ਸ਼ੁਰੂ ਕਰ ਸਕਦੇ ਹੋ ਉਹ ਵੀ ਠੀਕ ਹੈ, ਅਗਰ ਤੁਸੀਂ ਵੈਸੇ ਅਕਾਊਂਟ 'ਚ ਸੈਲਰੀ ਪਵਾ ਸਕਦੇ ਹੋ ਆਪਦੇ ਫਰੈਂਡ ਸਰਕਲ 'ਚੋਂ ਜਾਂ ਕਿਤੋਂ ਵੀ, ਅਤੇ ਉਹ ਵੀ ਠੀਕ ਹੈ ਵੀ ਤੁਸੀਂ ਹਰ ਮਹੀਨੇ ਆਪਦੇ ਅਕਾਊਂਟ 'ਚ ਸੈਲਰੀ ਪਵਾਓ, ਵੀ ਹਜੇ ਵਰਕ ਐਕਸਪੀਰੀਅੰਸ ਲੈਟਰ ਦੀ ਕੋਈ ਰਿਕੁਆਇਰਮੈਂਟ ਨਹੀਂ ਹੋਏਗੀ, ਵੀ ਤੁਸੀਂ ਅਕਾਊਂਟ 'ਚ ਵੀ ਕਰੰਟ ਅਕਾਊਂਟ 'ਚੋਂ ਜਿਹੜੀ ਹੈਗੀ ਹੈ ਸੈਲਰੀ ਜਿਹੜੀ ਹੈਗੀ ਹੈ ਤੁਸੀਂ ਅਕਾਊਂਟ 'ਚ ਪਾਉਂਦੇ ਰਹੋ। ਉਹਦਾ ਬੈਨੀਫਿਟ ਇਹ ਹੋਏਗਾ ਵੀ ਤੁਸੀਂ ਇਹ ਦਿਖਾ ਸਕਦੇ ਹੋ ਵੀ ਵਾਕਈ ਮੈਂ ਜੋਬ ਕੀਤੀ ਹੈ ਅਤੇ ਸੈਲਰੀ ਮੇਰੀ ਅਕਾਊਂਟ 'ਚ ਆਉਂਦੀ ਸੀ, ਅਤੇ ਇਹ ਚੀਜ਼ ਨਾਲ ਤੁਹਾਨੂੰ ਇਹ ਬੈਨੀਫਿਟ ਮਿਲੇਗਾ ਵੀ ਠੀਕ ਹੈ ਤੁਸੀਂ ਡਿਪਲੋਮਾ ਫੋਰ ਐਗਜ਼ਾਮਪਲ ਆਈਟੀ ਦਾ, ਇੰਜੀਨੀਅਰਿੰਗ ਦਾ ਕੀਤਾ, ਉਸ ਤੋਂ ਬਾਅਦ ਤੁਸੀਂ ਕਹੋ ਜੀ ਮੈਂ ਜੋਬ ਕਰ ਰਿਹਾ ਵੀ ਕੋਈ ਵੀ ਰੈਲੇਵੈਂਟ ਫੀਲਡ 'ਚ ਤੁਸੀਂ ਜੋਬ ਦਿਖਾ ਰਹੇ ਹੋ, ਸੈਲਰੀ ਤੁਹਾਡੇ ਅਕਾਊਂਟ 'ਚ ਆਉਂਦੀ ਹੈ, ਅਤੇ ਹੁਣ ਤੋਂ ਬਾਅਦ 4 ਮਹੀਨੇ ਬਾਅਦ 6 ਮਹੀਨੇ ਬਾਅਦ 1 ਸਾਲ ਬਾਅਦ ਤੁਸੀਂ ਫਾਈਲ ਅਗਰ ਲਗਾਓਗੇ, ਜਿੰਨੀ ਦੇਰ ਦੀ ਤੁਹਾਡੇ ਅਕਾਊਂਟ 'ਚ ਸੈਲਰੀ ਤੁਸੀਂ ਦਿਖਾ ਰਹੇ ਹੋ, ਵੀ ਅਗਰ ਹੁਣ ਤੋਂ ਸ਼ੁਰੂ ਕਰਦੇ ਹਾਂ, ਅਗਰ 1 ਸਾਲ ਵੀ ਵੇਟ ਕਰਨਾ ਪੈ ਗਿਆ, 1 ਸਾਲ ਦੀ ਤੁਸੀਂ ਸੈਲਰੀ ਅਕਾਊਂਟ 'ਚ ਦਿਖਾ ਰਹੇ ਹੋ, ਰੈਲੀਵੈਂਟ ਫੀਲਡ ਦੇ ਵਿੱਚ ਤੁਸੀਂ ਜੋਬ ਦਿਖਾ ਰਹੇ ਹੋ, ਅਤੇ ਨੈਚੁਰਲੀ ਗੱਲ ਹੈ ਵੀ ਤੁਹਾਨੂੰ ਬਹੁਤ ਈਜ਼ੀ ਹੋ ਜਾਏਗਾ ਕੱਲ੍ਹ ਨੂੰ ਵੀਜ਼ਾ ਦੇਣਾ। ਵੀ ਜਿਨ੍ਹਾਂ ਨੇ ਖਾਸ ਕਰ ਬੱਚਿਆਂ ਨੇ ਜਿਵੇਂ 2019
ਡਿਪਲੋਮਾ ਕੀਤਾ ਜਾਂ ਬੈਚਲਰ ਮਾਸਟਰ ਕੀਤੀ ਹੈ ਵੀ ਉਹ ਕਹਿ ਸਕਦੇ ਨੇ ਵੀ ਪਹਿਲਾਂ ਮੈਨੂੰ ਕੈਸ਼ ਸੈਲਰੀ ਮਿਲਦੀ ਸੀਗੀ, ਹੁਣ ਮੈਨੂੰ ਅਕਾਊਂਟ 'ਚ ਸੈਲਰੀ ਮਿਲਣੀ ਸ਼ੁਰੂ ਹੋ ਗਈ, ਵੀ ਮੈਂ ਹੁਣ ਪੱਕਾ ਹੋ ਗਿਆ ਅਤੇ ਮੈਨੂੰ ਅਕਾਊਂਟ 'ਚ ਸੈਲਰੀ ਮਿਲਣੀ ਸ਼ੁਰੂ ਹੋ ਗਈ, ਅਤੇ ਹੁਣ ਜਿਵੇਂ ਮਹੀਨਾ ਆਪਣਾ ਅਪ੍ਰੈਲ ਦਾ ਚੱਲ ਰਿਹਾ, ਤੁਸੀਂ ਮਈ ਤੋਂ ਅਕਾਊਂਟ 'ਚ ਜਿਵੇਂ ਸੈਲਰੀ ਪਾਉਣੀ ਸ਼ੁਰੂ ਕਰ ਦਿਉ ਵੀ ਅਪ੍ਰੈਲ ਦੀ ਸੈਲਰੀ ਮਈ 'ਚ ਆ ਗਈ, ਅਤੇ ਉਸ ਤੋਂ ਬਾਅਦ ਕੰਟੀਨਿਊ ਰੱਖੋ ਜਦ ਤੱਕ ਤੁਹਾਡੀ ਫਾਈਲ ਅੰਬੈਸੀ 'ਚ ਨਹੀਂ ਜਾਂਦੀ ਹੈਗੀ, ਜਦ ਤੱਕ ਤੁਸੀਂ ਡਿਸਾਈਡ ਨਹੀਂ ਕਰਦੇ ਹੈਗੇ ਵੀ ਤੁਸੀਂ ਆਪਣਾ ਫਾਈਲ ਅੰਬੈਸੀ 'ਚ ਜਾ ਕੇ ਵੀਜ਼ਾ ਲੈਣ ਨੂੰ ਤਿਆਰ ਹੈਗੇ ਹੋ, ਫੀਸ ਭਰਨ ਨੂੰ ਤਿਆਰ ਹੈਗੇ ਹੋ, ਅਤੇ ਜਦ ਤੱਕ ਟਰੈਵਲ ਸ਼ੁਰੂ ਨਹੀਂ ਹੁੰਦਾ, ਇਸ ਚੀਜ਼ ਨੂੰ ਤੁਸੀਂ ਇਸ ਤਰੀਕੇ ਨਾਲ ਕੰਟੀਨਿਊ ਕਰਕੇ ਅੱਗੇ ਆਪਦਾ ਲੈ ਕੇ ਜਾ ਸਕਦੇ ਹੋ, ਤਾਂ ਕਿ ਜਦੋਂ ਤੁਸੀਂ ਟਰੈਵਲ ਖੁੱਲ੍ਹੇਗਾ, ਜਦੋਂ ਫਾਈਲ ਵੀ ਜਦੋਂ ਟਰੈਵਲ ਖੁੱਲ੍ਹ ਗਿਆ, ਜਦੋਂ ਸਾਰਾ ਕੁਛ ਨੋਰਮਲ ਲੱਗਦਾ ਵੀ ਹੁਣ ਨੋਰਮਲ ਹੋ ਚੁੱਕੀ ਹੈ ਸਿਚੁਏਸ਼ਨ, ਜੇ ਤੁਸੀਂ ਪਲੱਸ ਟੂ ਕੀਤੀ ਹੋਏਗੀ, ਤੁਹਾਡੇ ਕੋਲ ਫਸਟ ਈਅਰ ਵਗੈਰਾ ਤਿਆਰ ਹੋਏਗਾ, ਤਦ ਤੱਕ ਵੀ ਆ ਇੱਕ ਸਮੈਸਟਰ ਜਾਂ ਦੋ ਸਮੈਸਟਰ ਤੁਹਾਡੇ ਕੰਪਲੀਟ ਹੋਣਗੇ, ਉਹ ਤੁਸੀਂ ਜਸਟੀਫਾਈ ਕਰ ਸਕਦੇ ਹੋ ਵੀ ਮੈਂ ਅੱਗੇ ਪੜ੍ਹਾਈ ਸ਼ੁਰੂ ਕੀਤੀ ਸੀਗੀ ਬਟ ਵੀ ਮੈਂ ਨਹੀਂ ਕੰਟੀਨਿਊ ਕਰਨਾ ਚਾਹੁੰਦਾ, ਮੈਂ ਫੋਰਨ ਪੜ੍ਹਨਾ ਚਾਹੁੰਦਾ, ਜਾਂ ਫਿਰ ਤੁਸੀਂ ਕੋਈ ਡਿਪਲੋਮਾ ਕੀਤਾ ਸੀ ਕਦੇ ਸਾਲ ਦਾ, ਅਤੇ ਉਹ ਤਾਂ ਬਿਲਕੁਲ ਐਜ਼ ਇਟ ਇਜ਼ ਹੀ ਚੱਲ ਜਾਏਗਾ ਵੀ ਤੁਸੀਂ ਪਲੱਸ ਟੂ ਕੀਤੀ ਹੈ ਫਿਰ ਡਿਪਲੋਮਾ ਕੀਤਾ, ਅੱਗੇ ਤੁਸੀਂ ਡਿਗਰੀ ਕਰਨ ਜਾਣਾ ਚਾਹੁੰਦੇ ਹੋ, ਅਤੇ ਜਿਹੜੇ ਬੱਚਿਆਂ ਨੇ ਡਿਪਲੋਮਾ ਕੀਤਾ ਹੈ ਇੰਜੀਨੀਅਰਿੰਗ ਦਾ ਜਾਂ ਕੋਈ ਵੀ ਕਿਸੇ ਵੀ ਟਾਈਪ ਦਾ ਜਿਵੇਂ GNM ਕੀਤੀ ਹੈ ਜਾਂ ਕੰਪਿਊਟਰ ਸਾਇੰਸ ਦਾ ਡਿਪਲੋਮਾ ਜਾਂ ਕੋਈ ਇੰਜੀਨੀਅਰਿੰਗ ਦਾ ਡਿਪਲੋਮਾ ਤੁਸੀਂ ਕੀਤਾ ਹੋਇਆ ਜਾਂ ਕੋਈ ਕਿਸੇ ਵੀ ਤਰੀਕੇ ਦਾ ਤੁਸੀਂ ਡਿਪਲੋਮਾ ਕੀਤਾ, ਉਸ ਤੋਂ ਬਾਅਦ ਤੁਸੀਂ ਅਕਾਊਂਟ 'ਚ ਸੈਲਰੀ ਦਿਖਾ ਰਹੇ ਹੋ ਜਾਂ ਬੈਚਲਰ ਜਾਂ ਮਾਸਟਰ ਤੋਂ ਬਾਅਦ ਅਕਾਊਂਟ 'ਚ ਸੈਲਰੀ ਦਿਖਾ ਰਹੇ ਹੋ, ਬਹੁਤ ਜ਼ਿਆਦਾ ਪੋਜ਼ਿਟਿਵ ਹੈ, ਤੁਸੀਂ ਕਿਸੇ ਵੀ ਕੰਟਰੀ 'ਚ ਅਪਲਾਈ ਕਰਦੇ ਹੋ ਇਸ ਤਰੀਕੇ ਨਾਲ ਵੀ ਤੁਸੀਂ ਪੜ੍ਹਾਈ ਦੇ ਤੋਂ ਬਾਅਦ ਤੁਸੀਂ ਕਹਿੰਦੇ ਹੋ ਜੀ ਅਕਾਊਂਟ 'ਚ ਸੈਲਰੀ ਆ ਰਹੀ ਹੈ, ਮੈਨੇ ਜੋਬ ਕੀਤੀ ਹੈ, ਅਤੇ ਹਰ ਕੰਟਰੀ ਉਹਨੂੰ ਬਹੁਤ ਸਟਰੋਂਗਲੀ ਅਤੇ ਬਹੁਤ ਯਾਨੀ ਕਿ ਸਹੀ ਸਮਝ ਕੇ ਤੁਹਾਨੂੰ ਲਾਈਕ ਵੀ ਤੁਹਾਨੂੰ ਡਾਕੂਮੈਂਟੇਸ਼ਨ ਨੂੰ ਜੈਨੂਨ ਸਮਝ ਕੇ ਚੱਲਦਾ ਹੈ ਵੀ ਅਕਾਊਂਟ 'ਚ ਜੇ ਸੈਲਰੀ ਆ ਰਹੀ ਹੈ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਹੈਗੀ, ਸਭ ਤੋਂ ਇੰਪੋਰਟੈਂਟ ਗੱਲ ਹੈ ਅਕਾਊਂਟ 'ਚ ਤੁਹਾਡੀ ਸੈਲਰੀ ਆ ਰਹੀ ਹੈ, ਅਤੇ ਇਹ ਚੀਜ਼ ਦਾ ਤੁਹਾਨੂੰ ਜ਼ਰੂਰ ਬੈਨੀਫਿਟ ਲੈ ਲੈਣਾ ਚਾਹੀਦਾ ਹੈ ਵੀ ਬਜਾਏ ਕਿ ਤੁਸੀਂ ਬਸ ਘਰ ਬੈਠਣ ਦੇ ਵੀ ਹਜੇ ਤਾਂ ਫਲਾਈਟਾਂ ਖੁੱਲ੍ਹੀਆਂ ਨਹੀਂ ਜਾਂ ਹਜੇ ਇਸ਼ੂਜ਼ ਹੈਗੇ ਨੇ ਵੀ ਕਿਸੇ ਵੀ ਚੀਜ਼ ਨੂੰ ਲੈ ਕੇ ਵੀ ਹਜੇ ਤੁਹਾਡਾ ਲਾਈਕ ਪੋਜ਼ਿਟਿਵ ਨਹੀਂ ਹੈਗੇ ਤੁਸੀਂ ਟਰੈਵਲਸ ਨੂੰ ਲੈ ਕੇ ਜਾਂ ਫਲਾਈਟਸ ਨੂੰ ਲੈ ਕੇ, ਇਹ ਚੀਜ਼ ਨੂੰ ਤੁਸੀਂ ਘਰ ਨਾ ਬੈਠੋ, ਇਹਦੇ ਹੱਲ ਕੱਢੋ, ਤੁਸੀਂ ਐਡਮਿਸ਼ਨ ਆਪਦੀ ਲੈਣੀ ਹੈ ਅਗਰ ਪਲੱਸ ਟੂ ਕੀਤੇ ਐਡਮਿਸ਼ਨ ਲਓ, ਅਗਰ ਤੁਸੀਂ ਗ੍ਰੈਜੂਏਸ਼ਨ ਡਿਪਲੋਮਾ ਜਾਂ ਮਾਸਟਰ ਕੀਤਾ, ਤੁਸੀਂ ਅਕਾਊਂਟ 'ਚ ਸੈਲਰੀ ਪਾਉਣੀ ਸ਼ੁਰੂ ਕਰੋ ਆਪਣੀ, ਅਤੇ ਇਹ ਚੀਜ਼ ਜਿਹੜੀ ਅੱਜ ਮੈਂ ਤੁਹਾਨੂੰ ਕਹਿ ਰਿਹਾ ਤੁਹਾਨੂੰ ਕੱਲ੍ਹ ਨੂੰ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਉਹਦਾ ਕਿੰਨਾ ਬੈਨੀਫਿਟ ਮਿਲਦਾ, ਅਤੇ ਬੱਚਿਆਂ ਨੂੰ ਲਾਈਕ ਇਹ ਅਸੀਂ ਵੀ ਬੱਚਿਆਂ ਨਾਲ ਸਟੈਂਡ ਕਰਦੇ ਹਾਂ ਉਹ ਬੱਚਿਆਂ ਨਾਲ ਜਿਹੜੇ ਕਹਿੰਦੇ ਨੇ ਵੀ ਜੇ ਟਰੈਵਲ ਨਹੀਂ ਖੁੱਲ੍ਹਿਆ ਜਾਂ ਫਲਾਈਟਾਂ ਨਹੀਂ ਸ਼ੁਰੂ ਹੋਈਆਂ, ਬਿਲਕੁਲ ਠੀਕ ਹੈ, ਹਜੇ ਕੋਈ ਹਜੇ ਸਾਨੂੰ ਵੀ ਕੋਈ ਇੰਡੀਕੇਸ਼ਨ ਨਹੀਂ ਹੈਗੀ ਇਸ ਚੀਜ਼ ਦੀ ਵੀ ਵੈਸੇ ਇੰਟਰਨੈਸ਼ਨਲ ਫਲਾਈਟਾਂ ਦੀ ਬੁਕਿੰਗ ਜਿਹੜੀ ਹੈਗੀ ਹੈ ਵੀ ਆਸਟ੍ਰੇਲੀਆ ਨੇ ਅਕਤੂਬਰ ਤੋਂ ਕਰਨੀ ਸ਼ੁਰੂ ਕੀਤੀ ਹੈ ਵੀ ਜਿਹੜੀ ਉੱਥੋਂ ਦੀ ਲੋਕਲ ਏਅਰਲਾਈਨਸ ਹੈ ਉਹ ਇੰਟਰਨੈਸ਼ਨਲ ਟਰੈਵਲ ਦੀਆਂ ਅਕਤੂਬਰ ਤੋਂ ਜਿਹੜੀਆਂ ਉਹਨਾਂ ਨੇ ਬੁਕਿੰਗ ਸ਼ੁਰੂ ਕੀਤੀ ਹੈ, ਬਟ ਐਜ ਸੱਚ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਕੋਈ ਵੀ ਫਿਲਹਾਲ ਕੋਈ ਅਪਡੇਟ ਨਹੀਂ ਹੈਗਾ ਜਿਹੜਾ ਆਪਾਂ ਇੱਕ ਸਟਰੋਂਗਲੀ ਕਹਿ ਸਕੀਏ ਵੀ ਇੰਟਰਨੈਸ਼ਨਲ ਫਲਾਈਟਸ ਸਟੂਡੈਂਟ ਵਾਸਤੇ ਕਦ ਤੱਕ ਸ਼ੁਰੂ ਹੋ ਸਕਦੀ ਹੈ, ਕੋਈ ਨਾ ਕੋਈ ਹੱਲ ਹੋਏਗਾ, ਕੋਈ ਨਾ ਕੋਈ ਤਰੀਕਾ ਨਿਕਲੇਗਾ, ਬਟ ਫਿਲਹਾਲ ਕੋਈ ਐਸਾ ਤਰੀਕਾ ਨਹੀਂ ਹੈਗਾ ਵੀ ਕੋਈ ਅਪਡੇਟ ਨਹੀਂ ਹੈਗਾ ਇਸ ਚੀਜ਼ ਨੂੰ ਲੈ ਕੇ, ਬਟ ਵੀ ਅੱਜ ਦੀ ਗੱਲ ਅੱਜ ਦੀ ਹੈਗੀ ਹੈ, ਕੱਲ੍ਹ ਨੂੰ ਜਦੋਂ ਫਲਾਈਟਾਂ ਸ਼ੁਰੂ ਹੋ ਗਈਆਂ ਫਿਰ ਤੁਸੀਂ ਕਹੋ ਜੀ ਸਾਡਾ ਤਾਂ 3 ਸਾਲ ਦਾ ਗੈਪ ਸੀ ਜੀ, ਕੀ ਕੀਤਾ, ਕੁਛ ਨਹੀਂ ਕੀਤਾ ਜੀ, ਸਾਡੀ ਡਿਪਲੋਮਾ ਹੈ, ਗ੍ਰੈਜੂਏਸ਼ਨ ਹੈ, ਮਾਸਟਰ ਹੈ, ਕੋਈ ਜੋਬ ਕੀਤੀ ਹੈ, ਨਹੀਂ ਕੀਤੀ ਜੀ, ਉਸ ਟਾਈਮ 'ਤੇ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨੀ 'ਚ ਆ ਜਾਓਗੇ, ਅਤੇ ਉਹ ਜਿਹੜੀ ਅੱਜ ਦੀ ਜਿਹੜੀ ਇਹ ਘੜੀ ਹੈਗੀ ਹੈ ਵੀ ਜਿਹੜੀ ਟਾਈਮ ਖਰਾਬ ਹੋ ਰਿਹਾ ਹੈ ਅਤੇ ਆਪਾਂ ਜਿਹੜਾ ਵੀ ਵੇਟ ਕਰ ਰਹੇ ਹਾਂ ਕਿਸੇ ਚੀਜ਼ ਦੀ, ਅਤੇ ਉਹ ਚੀਜ਼ ਦਾ ਜਿਹੜਾ ਤੁਸੀਂ ਫਾਇਦਾ ਚੱਕੋ, ਜ਼ਰੂਰ ਚੱਕੋ, ਜਿਵੇਂ ਤੁਸੀਂ ਅਕਾਊਂਟ 'ਚ ਅਗਰ ਸੈਲਰੀ ਪਾਉਣੇ ਉਹਦਾ ਵੀ ਕੋਈ ਖਰਚਾ ਨਹੀਂ ਆਉਂਦਾ ਹੈਗਾ ਤੁਹਾਡਾ, ਤੁਸੀਂ ਜੋਬ ਵੀ ਕਿਤੇ ਕਰਦੇ ਹੋ, ਜੈਨੂਇਨ ਜੋਬ ਵੀ ਕਰ ਦਿੰਦੇ ਹੋ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਤੁਸੀਂ ਟਾਈਮ ਵੀ ਆਪਦਾ ਵੇਸਟ ਨਹੀਂ ਕਰ ਰਹੇ ਹੈਗੇ, ਪਲੱਸ ਵਰਕ ਐਕਸਪੀਰੀਅੰਸ ਲੈ ਰਹੇ ਹੋ, ਪਲੱਸ ਪੈਸੇ ਕਮਾ ਰਹੇ ਹੋ, ਪਲੱਸ ਅਕਾਊਂਟ 'ਚ ਸੈਲਰੀ ਆ ਰਹੀ ਹੈ, ਅਤੇ ਅਗਰ ਤੁਸੀਂ ਪਲੱਸ ਟੂ ਕੀਤੀ ਹੈ ਤਾਂ ਤੁਸੀਂ ਕੋਈ ਪੜ੍ਹਾਈ ਸ਼ੁਰੂ ਕਰ ਦਿੰਦੇ ਹੋ ਅਤੇ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਅੱਗੇ ਬੈਨੀਫਿਟ ਦੇਗੀ, ਪੜ੍ਹਾਈ ਵੀ ਬੈਨੀਫਿਟ ਦੇਗੀ, ਅਤੇ ਜਿਹੜਾ ਗੈਪ ਹੈਗਾ ਤੁਸੀਂ ਉਹਦੇ ਡਾਕੂਮੈਂਟੇਸ਼ਨ ਪ੍ਰੋਪਰ ਤੁਹਾਡੇ ਕੋਲ ਤਿਆਰ ਹੋਣਗੇ, ਉਹ ਵੀ ਤੁਹਾਨੂੰ ਬੈਨੀਫਿਟ ਦੇਣਗੇ, ਇਸ ਕਰਕੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖੋ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਜ਼ਰੂਰ ਹੈਲਪ ਕਰਨਗੀਆਂ। ਬਾਕੀ ਬਥੇਰੀ ਜਾਣਕਾਰੀ ਵਾਸਤੇ ਸਾਡੇ ਆਫਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਕੁਰੂਕਸ਼ੇਤਰ ਅਤੇ ਕੈਥਲ ਨੇ, ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਕੋਈ ਵੀ ਕੇਸ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਕਿਸੇ ਵੀ ਤਰੀਕੇ ਦੀ ਤੁਹਾਡੀ ਮੁਸ਼ਕਿਲ ਪ੍ਰੋਫਾਈਲ ਹੈ ਜਾਂ ਕੋਈ ਵੀ ਕੰਪਲੀਕੇਸ਼ਨਸ ਹੈਗੀ ਹੈ ਤੁਹਾਡੇ ਕੇਸ 'ਚ, ਤੁਸੀਂ ਜ਼ਰੂਰ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਅਤੇ ਨੀਚੇ ਦਿੱਤੇ ਹੋਏ ਨੰਬਰਾਂ 'ਤੇ ਤੁਸੀਂ ਕੰਟੈਕਟ ਕਰਕੇ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।